ਸਤਿ ਸ੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਤੇ ਅੱਜ ਆਪਾਂ ਪਹੁੰਚਿਆ ਗਏ ਪੰਡਤ ਦੇ ਢਾਬੇ ਤੇ, ਜੋ ਕਿ ਬਹੁਤ ਹੀ ਮਸ਼ਹੂਰ ਇਹ ਢਾਬਾ ਵਾਗਾ ਤੇ ਇੱਥੇ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਦਾਲਾਂ ਸਬਜ਼ੀਆਂ ਖਵਾਈਆਂ ਤੇ ਖਾਧੀਆਂ ਜਾਂਦੀਆਂ ਹਨ। ਆਜੋ ਤੇ ਬਾਕੀ ਕਰਦੇ ਆਂ ਗੱਲ ਆਪਾਂ ਪੰਡਤ ਜੀ ਨਾਲ। ਪਹੁੰਚ ਗਏ ਆਪਾਂ ਬਾਈ ਪੰਡਤ ਜੀ ਕੋਲ, ਆਜੋ ਜੀ ਕਰਦੇ ਆਂ ਬਾਈ ਪੰਡਤ ਜੀ ਨਾਲ ਗੱਲਬਾਤ। ਬਹੁਤ ਹੀ ਦੇਖੋ ਪੁਰਾਣਾ ਹਨ ਪਰ ਕੀ ਹਾਲ ਆ ਵੀਰ ਜੀ? ਵਧੀਆ ਜੀ, ਠੀਕ ਠਾਕ। ਠੀਕ ਹੋਵੋਗੇ? ਹੋਰ ਸੁਣਾਓ, ਸਿਹਤ ਨੇ ਕਿਹਾ ਦਾਲ ਸਬਜ਼ੀ ਜੋ ਵੀ ਬਣਾਉਣਾ ਤੁਸੀਂ ਕਿਹੜੀ ਬਚ ਜਾਂਦੀ ਹੈ ਜਾਣ ਕੇ ਉਹ ਨੀ ਤੁਸੀਂ ਗਾਹਕਾਂ ਨੂੰ ਖਵਾਉਂਦੇ ਹੈਗੇ? ਬਚਦੀ ਨਹੀਂ, ਲੱਗ ਜਾਂਦੀ ਸਾਰੀ। ਕਈ ਵਾਰੀ ਜਵਾਬ ਦੇਣਾ ਪੈਂਦਾ ਕਿ ਹਾਂ ਸਾਡੇ ਕੋਲ ਮਾਲ ਖਤਮ ਹੋ ਗਿਆ। ਤੁਹਾਡਾ ਨਾ ਜੇ ਵਧੀਆ ਵਾਗਾ ਖਾਣ ਪੀਣ ਤੇ ਤੁਸੀਂ ਵਧੀਆ ਦਿੰਨੋਗੇ ਤਾਂ ਹੀ ਤੁਹਾਡੇ ਕੋਲ ਲੋਕ ਆਉਂਦੇ ਨੇ, ਹਨਾ? ਜਿਹੜਾ ਮਾੜਾ ਮੋਟਾ ਬਚ ਜਾਂਦਾ ਫਿਰ ਸਾਰਾ ਰਾਤ ਨੂੰ ਸਟਾਫ ਖਾ ਲੈਂਦਾ, ਸਟਾਫ ਖਾ ਕੇ ਬਹਿ ਜਾਂਦਾ ਬਈ। ਅੱਛਾ, ਤੇ ਜਿਹੜਾ ਬਚਦਾ ਚੜ ਕੇ ਆਪ ਹੀ ਖਾ ਲੈਂਦੇ ਹੋ? ਆਪ ਹੀ ਖਾ ਲੈਂਦੇ ਵੀ, ਗਾਹਕ ਨੂੰ ਨਹੀਂ ਦਿੰਦੇ ਹੈਗੇ, ਗਾਹਕ ਨੂੰ ਜਮਾ ਫਰੈਸ਼ ਖਾਲੇ ਹੀ ਦਿੰਦੇ ਹੋਗੇ ਨਾ ਤੁਸੀਂ? ਜੇ ਗਾਹਕ ਨੂੰ ਆਪਾਂ ਮਾੜਾ ਮਾਲ ਦੇਵਾਂਗੇ ਗਾਹਕ ਆਊਗਾ ਕਿੱਦਾਂ ਆਊਗਾ? ਆਊਗਾ ਤਾਂ ਨਾਮ ਕਿੱਥੋਂ ਹੋਊਗਾ? ਹਾਂ, ਨਾ ਨਾਮ ਤਾਂ ਤੁਹਾਡਾ ਬਹੁਤ ਮਾਲ ਕਰਕੇ ਹੀ ਆਉਂਦਾ ਗਾਹਕ। ਨਾਮ ਤਾਂ ਤੁਹਾਡਾ ਬਹੁਤ ਸੁਣਿਆ ਹੋਗਾ ਪਾਣੀ ਜੀ। ਤੇ ਹੋਰ ਆਪਣੇ ਕੋਲ ਕੀ ਕੀ ਹੁੰਦਾ ਵਾ ਵੀ, ਕੀ ਦਾਲ ਸਬਜ਼ੀਆਂ, ਕੀ ਇਹਦਾ ਬਰੇਟ ਰੂਟ ਹੁੰਦਾ ਵਾ ਪਾਣੀ ਜੀ? ਕਿਵੇਂ ਸ਼ਾਹੀ ਪਨੀਰ, ਪਨੀਰ ਦੀ ਕੋਈ ਵੀ ਆਈਟਮ ਹੈ ਆਪਾਂ ਹੈਂਡ ਟੂ ਹੈਂਡ ਤਿਆਰ ਕਰਦੇ ਹਾਂ। ਅੱਛਾ, ਪਨੀਰ ਦੇ ਤੁਸੀਂ ਅਸਫਾਲ ਟੋਪੋ ਦੇ ਵੀ ਜਾਣ ਕੇ ਕੋਈ ਵੀ ਆਈਟਮ ਨਾਲ ਦੀ ਨਾਲ ਤਿਆਰ ਹੁੰਦੀ ਹੈ? ਨਾਲ ਦੀ ਨਾਲ ਹੀ। ਸਭ ਤੋਂ ਜ਼ਿਆਦਾ ਇੱਥੇ ਵਿਕਦੀ ਹੈ ਸੇਵਾ ਜੀ। ਅੱਛਾ, ਸੇਵਾ ਜੀ, ਸੇਵਾ ਜੀ ਜਿਹੜੇ ਦੁੱਧ ਚ ਪਾ ਕੇ ਪਕੌੜੇ ਬਣਾਉਂਦੇ ਉਹ ਸਭ ਤੋਂ ਜ਼ਿਆਦਾ ਫੇਮਸ ਹੋ ਰੱਖੀ, ਉਹ ਜ਼ਿਆਦਾ ਨਿਕਲੀ। ਠੀਕ ਆ ਜੀ, ਤੇ ਬਾਈ ਮੈਂ ਕੈਮਰਾਮੈਨ ਨੂੰ ਕਹੂੰਗਾ ਤੇ ਆ ਦੇਖੋ ਨਾ, ਜਿਹੜਾ ਪੰਡਤ ਆਪਣਾ ਫਰੈਸ਼ ਖਾਣਾ ਦਿੰਦਾ ਵਾਗਾ ਉਹ ਪੰਡਤ ਦੇਖੋ ਸਾਹਮਣੇ ਤੁਹਾਡੀ ਨਿਗਾਹ ਦੇ ਸਾਹਮਣੇ ਇੱਥੇ ਆ ਬਾਈ ਦੀ ਰਸੋਈ ਆ ਗਈ, ਇੱਥੇ ਆਪਾਂ ਖਾਣਾ ਪੀਣਾ ਹੁੰਦਾ, ਆ ਸਾਹਮਣੇ ਆਪਣੇ ਬਹਿ ਕੇ ਤਿਆਰ ਕਰਕੇ ਆਪਾਂ ਨੂੰ ਖਾਣ ਪੀਣ ਨੂੰ ਦਿੰਦਾ ਵਾਗਾ ਪੰਡਤ ਜੀ, ਹਨਾ? ਕੋਈ ਐ ਨਹੀਂ ਹੈਗਾ ਵੀ ਵੱਡੇ ਹੋਟਲਾਂ ਦੇ ਵਾਂਗੂ ਵੀ ਸਾਈਡ ਤੇ ਰਸੋਈ ਆ ਗਈ ਪੰਡਤ ਦੀ ਜਾਂ ਕਿਸੇ ਪਾਸੇ ਹੋਰ ਕਾਰੋਬਾਰ, ਇੱਥੇ ਆਪਾਂ ਨੂੰ ਖਾਣ ਨੂੰ ਮਿਲਦਾ ਵਾਗਾ ਆਪਣੀ ਅੱਖਾਂ ਦੇ ਸਾਹਮਣੇ, ਬਹੁਤ ਹੀ ਸਵਾਦ ਤੇ ਸਵਾਸਟਿਤ, ਜੋ ਜੋ ਵੀ ਕੁਛ ਕਹਿਣਾ ਆ ਗਿਆ ਸਾਰਾ ਕੁਝ ਓਪਨ ਨਹੀਂ ਹੁੰਦਾ ਹੈ, ਕੋਈ ਕੋਈ ਐ ਨਹੀਂ ਹੈਗਾ ਵੀ ਜਾਨੀ ਕਿ ਆਪਾਂ ਲੋਕਾਂ ਤੋਂ ਓਲੇ ਬਣਾਉਣੇ, ਆਪਣਾ ਓਪਨ ਹੀ ਨਹੀਂ ਹੁੰਦਾ, ਨਹੀਂ ਸਾਰਾ ਕੁਝ ਓਪਨ ਹੀ ਹੁੰਦਾ, ਬੰਦੇ ਕੋਲ ਖੜ ਕੇ ਕੋਲੀ ਦੇਖਦੇ ਆ, ਕੋਲੀ ਖੜ ਕੇ ਬਣਾਉਂਦੇ ਆ, ਵੀ ਜਾਨੀ ਕਿ ਆਪਾਂ ਤੋਂ ਕਿਹੜਾ ਕੁਝ ਅਗਲਾ ਕਹਿ ਗਾਹਕ ਕਹੇ ਵੀ ਆਹ ਕੁਝ ਪਾ ਦੋ ਪਾਣੀ ਜੀ, ਉਹ ਆਪਾਂ ਪਾਉਣੇ ਆ, ਫਿਰ ਕਿਹੜਾ ਪਾਣੀ ਜੀ ਆਪਣਾ ਦੁੱਧ ਪਨੀਰ ਹੁੰਦਾ ਵਾ, ਇਹ ਦੁੱਧ ਦਾ ਹੁੰਦਾ ਜਾਂ ਸੋਇਆਬੀਨ ਦਾ? ਦੁੱਧ ਦਾ ਹੁੰਦਾ ਜੀ ਸਾਰਾ, ਦੁੱਧ ਦਾ ਹੀ ਹੁੰਦਾ, ਦੁੱਧ ਦਾ ਹੀ ਹੁੰਦਾ, ਸੋਇਆਬੀਨ ਦਾ ਯੂਜ਼ ਮਤਲਬ ਕੋਈ ਦੋ ਨੰਬਰ ਦਾ ਕੰਮ ਨਹੀਂ, ਆਪਾਂ ਕੋਈ ਇਦਾਂ ਦੀ ਚੀਜ਼ ਨਹੀਂ ਯੂਜ਼ ਕਰਦੇ, ਜਿਹੜਾ ਮਸਾਲੇ ਕੋਈ ਅਸੀਂ ਯੂਜ਼ ਨਹੀਂ ਕਰਦੇ, ਓਨਲੀ ਐਮਡੀਐਚ ਕਿਚਨ ਕਿੰਗ ਯੂਜ਼ ਕਰਦੇ ਬਸ। ਅੱਛਾ, ਵੀ ਜਾਣ ਕੇ ਗਾਹਕ ਨਾਲ ਖਲਵਾੜ ਨਹੀਂ ਕਰਦੇ, ਸਿਹਤ ਨਾਲ ਵੀ ਖਲਵਾੜ ਨਹੀਂ ਕਰਦੇ? ਹਾਂ, ਗਾਹਕ ਦੀ ਸਿਹਤ ਨਾਲ ਨਾ ਖਲਵਾੜ ਹੋ ਜਾਵੇ, ਪਹਿਲੇ ਅਗਲਾ ਸਾਡੇ ਕੋਲ ਪੈ ਲਾਊਗਾ ਫਿਰ ਡਾਕਟਰ ਨੂੰ ਪੈ ਦੇਊਗਾ, ਉਹ ਗੱਲ ਚੰਗੀ ਨਹੀਂ, ਚੰਗੀ ਨਹੀਂ, ਉਹ ਤਾਂ ਤੁਹਾਡੀ ਗੱਲ ਠੀਕ ਆ ਨਾ। ਤੇ ਤੁਹਾਡਾ ਬਹੁਤ ਨਾਂ ਸੁਣਿਆ ਸੀਗਾ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਨੂੰ, ਤੁਸੀਂ ਮਿਲਿਓਗੇ, ਧੰਨਵਾਦ ਜੀ। ਅਸੀਂ ਜਦੋਂ ਵੀ ਇੱਥੇ ਨਵੀਂ ਤੁਹਾਨੂੰ ਵੀਡੀਓ ਚ ਆਪਾਂ ਦਿਖਾਉਣਾਗੇ ਖਾਣ ਪੀਣ ਵਾਲੀ ਚੀਜ਼ਾਂ, ਅਸੀਂ ਹਰੇਕ ਵਾਰ ਇਹੀ ਕਹਿੰਦੇ ਹੁੰਦੇ ਹਾਂ ਵਿਧ ਨੂੰ ਲੰਘਦੇ ਕਰਦੇ ਹੋ, ਹਰੇਕ ਵਾਰ ਜੋ ਕਿ ਵਧੀਆ ਭੋਜਨ ਹੁੰਦਾ ਵਾਗਾ ਕਿੱਥੇ ਮਿਲਦਾ ਵਾਗਾ, ਉਹੀ ਅਸੀਂ ਢਾਬੇ ਤੇ ਉਹੀ ਤੁਹਾਨੂੰ ਰੇਹੜੀਆਂ ਵਾਲੇ ਦਿਖਾਉਣੇ ਆਗੇ। ਤੇ ਬਾਈ ਪੰਡ ਜੀ ਇੱਕ ਵਾਰ ਨਾ ਆਪਣਾ ਐਡਰੈਸ ਜ਼ਰੂਰ ਦੱਸ ਦਿਓ ਵੀ ਆਪਾਂ ਕਿੱਥੇ ਆਪਣਾ ਢਾਬਾ ਵਾਗਾ ਇਹ। ਐਡਰੈਸ ਤਾਂ ਕੀ ਇਹ ਲਿਖਿਆ ਹੋਇਆ ਤੇ ਕਾਰ ਦੇ ਦੱਸ ਦੱਸ ਕੇ ਆਪ ਤੁਸੀਂ ਆਪ ਹੀ ਕਹਿ ਦਿਓ, ਡੀ ਮੈਕਸ ਦੇ ਸਾਹਮਣੇ ਬਿਲਕੁਲ। ਐਡਰੈਸ ਆ ਇਹ ਜਗੇੜੇ ਦੇ ਪੁਲ ਤੋਂ ਥੋੜਾ ਜਿਹਾ ਜਦੋਂ ਲੁਧਿਆਣੇ ਵਾਲੀ ਸਾਈਡ ਜਾਵਾਂਗੇ ਸੱਜੇ ਹੱਥ ਆ, ਤੇ ਲੁਧਿਆਣੇ ਜਦੋਂ ਮਰੇਲਕੋਲ ਵਾਲੀ ਸਾਈਡ ਜਾਵਾਂਗੇ ਖੱਬੇ ਹੱਥ ਆਗਾ, ਸਾਹਮਣੇ ਆਗਾ ਜੇਨੈਲ ਪੈਲਸ, ਜੇਨੈਲ ਵੀ ਮੈਕਸ, ਵੀ ਮੈਕਸ ਸਾਹਮਣੇ, ਸੌਰੀ ਸਾਹਮਣੇ ਵੀ ਮੈਕਸ ਪੈਲਸ ਰੈਸਟੋਰੈਂਟ ਆਗਾ, ਉਹਦਾ ਬਿਲਕੁਲ ਸਾਹਮਣੇ ਆਗਾ, ਸਾਹਮਣੇ ਤੁਹਾਨੂੰ ਬੋਰਡ ਲੱਗਿਆ ਵੀ ਮਿਲ ਜੂਗਾ ਪੰਡਤ ਦਾ ਢਾਬਾ, ਪਹਿਲਾਂ ਪਹਿਲਾਂ ਨਾਮ ਕੁਝ ਹੋਰ ਹੁੰਦਾ ਸੀ, ਪਹਿਲਾਂ ਲਕਸ਼ਮੀ ਢਾਬਾ ਸੀ, ਹਾਂ ਪਹਿਲਾਂ ਲਕਸ਼ਮੀ ਢਾਬਾ ਸੀ, ਹੁਣ ਪੰਡ ਜੀ ਢਾਬਾ ਵਾਗਾ, ਨਾਮ ਚੇਂਜ ਕਰਤਾ ਨਾ ਕਿਉਂਕਿ ਮੇਰੇ ਨਾਲ ਤੋਂ ਚੱਲਦਾ ਮੈਨੂੰ ਲੋਕ ਜ਼ਿਆਦਾ ਪਛਾਣਦੇ, ਇਸ ਕਰਕੇ ਮੈਂ ਨਾਮ ਪਹਿਲਾਂ ਆਇਆ ਹੋਇਆ ਸੀ ਨਾ ਜਿਵੇਂ ਬੁੜੀਆਂ ਜੀ ਵਾਲਾ ਢਾਬਾ, ਹੁਣ ਪੰਡਤ ਦਾ ਹੁਣ ਪੰਡਤ ਦਾ ਢਾਬਾ ਨਾਮ ਚੱਲਣ ਲੱਗ ਗਿਆ ਸੋਲਾ ਵਾਲਾ, ਤੇ ਯਾਨੀ ਕਿ ਹੇਡ ਹਰੇਕ ਵੀਡੀਓ ਤੁਹਾਨੂੰ ਇਹੀ ਕਹਿ ਰਿਹਾ ਵੀ ਜਦੋਂ ਵੀ ਇੱਥੋਂ ਲੰਘਦੇ ਕਰ ਦਿਓ ਜ਼ਰੂਰ ਪੰਡਤ ਕੋਲ ਇੱਕ ਵਾਰ ਆਓ ਤੇ ਪੰਡਤ ਦੀ ਚੀਜ਼ ਦਾ ਸਵਾਦ ਦੱਸੋ, ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ, ਧੰਨਵਾਦ ਜੀ।